पंजाब दे विच आज तो किसाना ने अणमिथे समय लई रेल रोको अंदोलन शुरू किया है। इस दौरान किसाना ने टोल प्लाजा उत्ते टैक्स वसूली अते रिलायंस पेट्रोल पंपा उत्ते तेल दी विक्री रोकण दा भी ऐलान किया है। कारपोरेट घराणियां दे शॉपिंग मॉल बंद करवाए जाण दा वी किसानां ने सारे लोकां नूं सद्दा दित्ता है। वख-वख किसान जथेबंदियां वल्लों अज पंजाब दीआं वख-वख थावां उत्ते टोल प्लाजा ते धरने ला के टोल टैक्स दी परची कट्टण ते रोक ला दित्ती, यानी कि आम लोकां नूं टोल दे उत्तों बिना परची कट्टे लंघाया गया मुफ्त दे विच। इस दे नाल ही पंजाब दे विच स्थित रिलायंस दे पेट्रोल पंपां नूं घेरा पा के उत्ते तेल दी विक्री दे वी रोक ला दित्ती। इस खबर दे विच असीं तुहानूं पंजाब दीआं वख-वख थावां तों अजिहीआं तस्वीरां दिखा रहे हां जिथे किसानां ने टोल प्लाज़ियां दे उत्ते धरने लाए ने अते रिलायंस दे पेट्रोल पंपां नूं वी घेरिया होया। मर्दाबाद मर्दाबाद मर्दाबाद। अज वीरो किसान भरावो, पेंडर फूको जंडी वल्लों असीं रिलायंस पंप बंद कीता। होर भी किसान जथेबंदियां नूं बेनती आ, वध तों वध पंजाब दे विच रिलायंस दा बाइकाट करो। ਇਹਨਾਂ ਨੂੰ ਸੁਰਤ ਆਊਗੀ ਤਾਂ ਇਹ ਦੂਜੀ ਸਰਕਾਰ ਤੇ ਪ੍ਰੈਸ਼ਰ ਪਾਉਣਗੇ, ਆਪਣਾ ਕੋਈ ਹੱਲ ਹੋ ਸਕਦਾ। ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਜੀਓ ਦੇ ਸਿੰਮ ਇਹਨਾਂ ਦੇ ਪੈਟਰੋਲ ਪੰਪਾਂ ਤੋਂ ਤੇਲ ਪਾਉਣਾ ਬੰਦ ਕਰੋ। ਅੱਜ ਅਸੀਂ ਪਿੰਡ ਕਸੂਰਪੁਰ ਚੰਡੀ ਵੱਲੋਂ ਧਰਨਾ ਲਾਇਆ। ਹੋਰ ਵੀ ਸਾਥੀਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਭਾਈ ਧਰਨੇ ਲਾਓ, ਤੁਹਾਡੇ ਸਾਥ ਦੀ ਲੋੜ ਆ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ। दूजे पासे ट्रैक्टर दा लाया होया भी भाई भी मोड़ जा, भाई मोड़ जा, बंद करो बंद करो। जरूरी बस्ता दे एक्ट जेड़ा लाया ओ वापस लाओ, वापस लाओ, वापस लाओ। तन्ने आर्डिनेंस वापस करो, वापस लाओ, वापस लाओ। जिले विच ए 12 थावां ते टोल प्लाजे पंप सीलो प्लांट ते लाइन दीआं लीआं रोकीआं होईआं ने। भवानीगढ़ ब्लाक वल्लों ते रिलायंस पंप भवानीगढ़ वाला ए घेरिआ होईआ। ਅਸੀਂ ਇਹਦੇ ਨਾਲ ਇਹ ਲੋਕਾਂ ਦੇ ਇੰਨੇ ਵੱਡੇ ਕੱਟ ਹੁੰਦੇ ਜਾਂਦੇ ਨੇ, ਅਸੀਂ ਮੋਦੀ ਹੋਰਾਂ ਦੀ ਨੀਂਦ ਖਰਾਬ ਕਰ ਦਾਂਗੇ। ਇਹ ਅਹੀ ਗੱਲ ਨਹੀਂ ਹੈਗੀ ਵੀ ਇਹ ਸਾਨੂੰ ਹਲਕੇ 'ਚ ਲਈ ਜਾਂਦੇ ਨੇ। ਤੇ ਆਰਡੀਨੈਂਸ ਦਾ ਕੀ, ਅਸੀਂ ਇਹਨਾਂ ਦਾ ਮੂੰਹ ਮੋੜ ਦਾਂਗੇ। ਪੰਜਾਬ, ਹਰਿਆਣਾ, ਇਹ ਸਾਰੀਆਂ ਸਟੇਟਾਂ ਇਧਰ ਲੱਗ ਰਹੀਆਂ ਨੇ, ਇਹ ਸਭ ਝੂਠ ਬੋਲਦੇ ਨੇ। ਸਾਰੇ ਲੀਡਰ ਇਹ ਰਲੇ ਹੋਏ ਨੇ, ਇਹ ਵਿੱਚੇ ਸਿਮਰੋ, ਵਿੱਚੇ ਸੁਖਬੀਰ ਬਾਦਲ ਆ, ਇਹ ਤਾਂ ਇੱਕ ਇਹਦਾ ਸਾਲਾ ਮਜੀਠੀਆ, ਇਹ ਤਾਂ ਇੰਨੇ ਝੂਠੇ ਨੇ ਨਾ, ਇਹ ਤਾਂ ਤੂੰ ਹੱਦੇ ਛੱਡ ਦੇ ਜਿਵੇਂ ਗੱਪ ਮਾਰਨ ਦੀ। ਇਹਨਾਂ ਨੂੰ ਅੰਦਰ ਗੱਲ ਹੋਰ ਕਰਦੇ ਨੇ, ਲੋਕਾਂ ਚ ਗੱਲ ਹੋਰ ਕਰਦੇ ਨੇ। ਟੀਵੀ ਤੇ ਰੋਂਦੀ ਵੀ ਸੀ, ਰਮਦੀ ਵੀ ਸੀ ਵੀ ਮੈਂ ਕਿਸਾਨਾਂ ਦੇ ਹੱਕ ਦੀਆਂ, ਮੈਂ ਧੀ ਆ, ਮੈਂ ਨੰਨੀ ਸ਼ਾਹ। ਇਹਨੇ ਨਾ ਕੋਈ ਨੰਨੀ ਸ਼ਾਹ ਵਾਲਾ ਕੰਮ ਕਰਿਆ, ਨਾ ਕੋਈ ਧੀ ਵਾਲਾ ਕੰਮ ਕਰਿਆ। ਇਹਨੇ ਲੋਕਾਂ ਦਾ ਜਿੰਨੀ ਕੀਤੀ ਇਹਨਾਂ ਨੇ ਬਾਦਲ ਪਰਿਵਾਰ ਨੇ ਬਰਬਾਦੀ ਕੀਤੀ ਆ। ਹੁਣ ਤੱਕ ਸਾਰੇ ਪੰਜਾਬ ਨੂੰ ਲੁੱਟ ਕੇ ਖਾ ਗਏ, ਸ਼੍ਰੋਮਣੀ ਕਮੇਟੀ ਖਾ ਗਏ, ਗੁਰੂ ਗ੍ਰੰਥ ਸਾਹਿਬ ਬੇਸ ਤੇ ਜਦੋਂ ਭਾਈ ਇਹ ਆਪਣੀਆਂ ਜ਼ਮੀਨਾਂ ਖੋਹਣ ਨੂੰ ਫਿਰਦੇ ਨੇ, ਆਪਣੀਆਂ ਚੁੰਨੀਆਂ ਨੂੰ, ਆਪਣੀਆਂ ਪੱਗਾਂ ਨੂੰ ਹੱਥ ਪਾਉਣਾ, ਆਪਣੀ ਇੱਜ਼ਤਾਂ ਨੂੰ ਹੱਥ ਪਾਊਗਾ ਇਸ ਤੋਂ ਬਾਅਦ ਚ ਕਿ ਆਪਣੀਆਂ ਜ਼ਮੀਨਾਂ ਖੋਹੀਆਂ ਗਈਆਂ। ਅਸੀਂ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਨਾਲ ਜੁੜੋ, ਇਹਨਾਂ ਵੋਟ ਬਟੋਰੂ ਟੋਲਿਆਂ ਤੋਂ ਬਚੋ। ਜਿੰਨਾ ਉਹ ਕਿੰਨੀ ਮਹਿੰਗੀ ਬਿਜਲੀ ਪੈਦਾ ਕਰਦੇ ਆ, ਤੇ ਜਿਹੜੇ ਸਰਕਾਰੀ ਅਫਸਰ ਸੀ, ਚਾਹੇ ਉਹ ਥਰਮਲ ਪਲਾਂਟ ਬਠਿੰਡੇ ਦਾ ਹੋਵੇ ਚਾਹੇ ਰੋਪੜ ਦਾ ਹੋਵੇ, ਉਹ ਕਹਿੰਦੇ ਇਹ ਖਾਂਦੇ ਜ਼ਿਆਦਾ ਪੈਦਾ ਜੀ ਕੋਲੇ ਵਾਲੀ ਬਿਜਲੀ ਆ, ਉਹਨੇ ਚ ਇਹ ਪੈਦਾ ਕਰਦੇ ਆ। ਜਿਹੜੀ ਬਿਜਲੀ ਸਸਤੀ ਪੈਦਾ ਹੁੰਦੀ ਹੈ, ਅਸੀਂ ਕਹਿੰਦੇ ਸਾਂ ਕਿ ਇੱਥੇ ਹਾਈਡਰੋ ਪ੍ਰੋਜੈਕਟ ਲੱਗਣੇ ਚਾਹੀਦੇ ਆ। ਜਿਵੇਂ ਕਿਉਂਕਿ ਨਿੱਜੀ ਮਾਲਕ ਸਾਡੇ ਹਾਕਮਾਂ ਨੂੰ ਰਿਸ਼ਵਤ ਦੇ ਤੌਰ ਤੇ ਵੱਧ ਪੈਸਾ ਦਿੰਦੇ ਆ, ਸਾਡੇ ਦੇਸ਼ ਦੀਆਂ ਖਾਣਾ ਪ੍ਰਾਈਵੇਟ ਕਰਦੇ। ਕਿਉਂ ਕਿਸਾਨਾਂ ਨਾਲ ਖੜੇਗਾ ਹੁਣ ਮੈਂ ਸਾਥੀ ਬਲਦੇਵ ਸਿੰਘ ਕੌਲੀਏ ਨੂੰ ਬੇਨਤੀ ਕਰਦਾ ਕਿ ਉਹ ਕਿਸਾਨਾਂ ਦੇ ਨਾਲ ਆਪਣੀ ਗੱਲਬਾਤ ਰੱਖਣ, ਤੇ ਜੇ ਕੋਈ ਹੋਰ ਸਾਥੀ ਸਟੇਜ ਤੇ ਬੋਲਣਾ ਚਾਹੁੰਦਾ ਹੋਵੇ। ਜੋ ਵੀ ਸਾਰੇ ਕਿਸਾਨ ਜਥੇਬੰਦੀਆਂ ਦੇ ਮੈਸੇਜ ਤੇ ਪਹੁੰਚਿਆ ਨਾ, ਇਹ ਬਹੁਤ ਵੱਡੀ ਖੁਸ਼ੀ ਕਰਕੇ ਇੱਥੇ ਪਹੁੰਚਿਆ। ਸਾਰਿਆਂ ਦਾ ਇੱਥੇ ਧੰਨਵਾਦ ਕੀਤਾ ਜਾਂਦਾ ਹੈ। ਸਾਡੀ ਨੌਜਵਾਨ ਪੀੜ੍ਹੀ ਜਾਗੀ ਹੈ, ਇਕੱਲੀ ਨੌਜਵਾਨ ਪੀੜ੍ਹੀ ਨਹੀਂ ਜਾਗੀ, ਅੱਜ ਸਾਡੇ ਘਰਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਵੀ ਜਾਗ ਪਈਆਂ। ਜਦੋਂ ਆਪਾਂ ਨੇ ਕਵੀ ਨੇ ਨਾ
ਅਖਬਾਰਾਂ ਨੂੰ ਪੜ੍ਹਦੇ ਹਾਂ ਕੀ ਆਦਿ ਚੱਲਦਾ। ਕਾਰ ਵਿੱਚ ਬੜੀ ਕਮਾਣ ਹੈ, ਸਾਡੇ ਉੱਤੇ ਜਿਹਦਾ ਰਾਜ ਚੱਲਦਾ ਉਹ ਰਾਜ ਦਾ ਸਾਨੂੰ ਪਤਾ ਨਹੀਂ, ਉਹ ਜੱਟ ਨੂੰ ਪਤਾ ਨਹੀਂ। ਅੱਜ ਆਪਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹ ਪ੍ਰੋਗਰਾਮ ਲਿਖਿਆ, ਇਹਦੇ ਵਿੱਚ ਸਿੱਧੂਪੁਰ ਦੇ ਸਾਥੀ ਆਪਣੇ ਹਮਾਇਤ ਦੇ ਆਏ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਔਰ ਇਹ ਜਿਹੜਾ ਪ੍ਰੋਗਰਾਮ ਆ ਇਹ ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਪਹਿਲਕਦਮੀ ਕੀਤੀ ਆ ਕਿ 25 ਤਰੀਕ ਦੇ ਐਕਸ਼ਨ ਦੇ ਵਿੱਚ ਜੋ ਅਨਾਊਂਸ ਕੀਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਰਿਲਾਇੰਸ ਦੇ ਪੰਪ ਨੇ ਜਾਂ ਲੋਕ ਜੀਓ ਦੀਆਂ ਸਿੰਮਾਂ ਦਾ ਯੂਜ਼ ਕਰਦੇ ਨੇ ਜਾਂ ਰਿਲਾਇੰਸ ਦੇ ਜਿੰਨੇ ਵੀ ਸਟੋਰ ਨੇ ਜਿੱਥੋਂ ਲੋਕ ਆਪਣੇ ਸਾਜੋ ਸਮਾਨ ਦੀ ਖਰੀਦੋ ਫੋਖਤ ਕਰਦੇ ਆ, ਉਹਨਾਂ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਊਗਾ। ਔਰ ਜਿਹੜੇ ਰਿਲਾਇੰਸ ਦੇ ਪੰਪ ਨੇ, ਅੱਜ ਅਸੀਂ ਫਿਲਹਾਲ ਜਿਹੜਾ ਧਰਨਾ ਸਾਡਾ ਅੱਜ ਦਾ ਸ਼ਾਮ ਤੱਕ ਦਾ ਪ੍ਰੋਗਰਾਮ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਜਾਂ ਹੋਰ ਵੀ ਜਿਹੜੇ ਕਿਸਾਨ ਆਪਣੇ ਕਿਰਤੀ ਕਿਸਾਨ ਯੂਨੀਅਨ ਦੇ ਵਰਕਰ ਅੱਜ ਇੱਥੇ ਨਹੀਂ ਪਹੁੰਚ ਸਕੇ, ਉਹਨਾਂ ਦੀ ਕੋਈ ਪੰਜਾਬ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਸੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਕਿ ਇਹਨਾਂ ਪੰਪਾਂ ਨੂੰ ਪੂਰਨ ਤੌਰ 'ਤੇ ਸੀਲ ਕੀਤਾ ਜਾਵੇ ਅਤੇ ਪੰਪ ਉਦੋਂ ਤੱਕ ਸੀਲ ਰਹਿਣ ਜਦ ਤੱਕ ਜਿਹੜੇ ਕਿਸਾਨ ਵਿਰੋਧੀ ਆਰਡੀਨੈਂਸ ਆ ਮੋਦੀ ਸਰਕਾਰ ਇਹ ਵਾਪਸ ਨਹੀਂ ਲੈਂਦੀ, ਇਹ ਜਿਹੜਾ ਸਾਡਾ ਫੈਸਲਾ ਉਦੋਂ ਤੱਕ ਲਾਗੂ ਰਹੂਗਾ। ਸਾਡੀਆਂ ਮੁੱਖ ਮੰਗਾਂ ਤਾਂ ਇਹੀ ਆ ਜੀ, ਜੋ ਪਿਛਲੇ ਲੋਕਡਾਊਨ ਦੇ ਦੌਰਾਨ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਆਰਡੀਨੈਂਸ ਬਿੱਲ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਸੀ, ਮੋਦੀ ਸਰਕਾਰ ਨੂੰ ਐਡੀ ਭੀੜ ਪਈ ਕਿ ਉਸ ਨੂੰ ਐਤਵਾਰ ਵਾਲੇ ਦਿਨ ਇਹਨਾਂ ਨੂੰ ਕਾਨੂੰਨੀ ਰੂਪ ਦੇਣਾ ਪਿਆ। ਸਾਡੀ ਮੁੱਖ ਅਤੇ ਮੇਨ ਮੰਗ ਇਹੀ ਆ ਕਿ ਜੋ ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਹੋਰ ਸਟੇਟਾਂ ਦੇ ਵਿੱਚ ਇਹ ਕਿਸਾਨ ਮਾਰੂ ਨੀਤੀ ਦੇ ਤਹਿਤ ਜੋ ਇਹ ਬਿੱਲ ਲੈ ਕੇ ਆਉਂਦੇ ਆ ਉਹਨਾਂ ਨੂੰ ਫੌਰੀ ਤੌਰ 'ਤੇ ਰੱਦ ਕਰੇ, ਇਹਨਾਂ ਨੂੰ ਵਾਪਸ ਲਵੇ। ਅਤੇ ਅਗਲੀ ਰਣਨੀਤੀ, ਅੱਜ ਜੋ ਸਾਡਾ ਸੰਘਰਸ਼ ਆ ਪੰਜਾਬ ਦੇ ਵਿੱਚ ਪ੍ਰਾਈਵੇਟ ਜੋ ਕਾਰਪੋਰੇਟ ਘਰਾਣੇ ਆ ਅੰਬਾਨੀ ਅਡਾਨੀ ਮੋਦੀ ਸਰਕਾਰ ਦੇ ਜੋ ਭਾਈਵਾਲ ਆ ਸਰਕਾਰ ਦੇ ਵਿੱਚ ਉਹਨਾਂ ਦਾ ਪੂਰਨ ਤੌਰ 'ਤੇ ਬਾਈਕਾਟ ਕਰਨ ਦਾ ਜੋ ਸੱਦਾ ਏ ਪੰਜਾਬ ਦੇ ਜੋ ਨਾਗਰਿਕ ਨੌਜਵਾਨ ਉਹਨਾਂ ਨੂੰ ਅਪੀਲ ਕੀਤੀ ਅੱਜ ਕਿ ਜੋ ਆਪਣੇ ਮੋਬਾਈਲਾਂ ਦੇ ਵਿੱਚ ਸਿੰਮ ਆ ਜੀਓ ਵਾਲੇ ਉਹਨਾਂ ਨੂੰ ਫੌਰੀ ਤੌਰ 'ਤੇ ਬੰਦ ਕਰਨ, ਪੋਰਟ ਕਰਕੇ ਕਿਸੇ ਕੰਪਨੀ ਦੇ ਵਿੱਚ ਚਲਵਾਉਣ। ਦੂਸਰਾ, ਪੰਜਾਬ ਦੇ ਵਿੱਚੋਂ ਜਿੰਨੇ ਵੀ ਇਹਨਾਂ ਰਿਲਾਇੰਸ ਵਾਲਿਆਂ ਦੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੇ ਜੋ ਸ਼ੋਪਿੰਗ ਮਾਲ ਆ ਉੱਥੋਂ ਕੋਈ ਵੀ ਪੰਜਾਬ ਦਾ ਨਾਗਰਿਕ ਸ਼ੋਪਿੰਗ ਨਾ ਕਰੇ, ਆਪਣੇ ਲੋਕਲ ਦੁਕਾਨਦਾਰ ਵੀਰਾਂ ਤੋਂ ਖਰੀਦੋ ਫਰੋਖਤ ਕਰੇ, ਜ਼ਰੂਰੀ ਦੇ ਜੋ ਸਮਾਨ ਆ ਲੋਕਲ ਦੁਕਾਨਦਾਰ ਵੀਰਾਂ ਤੋਂ ਲਵੇ, ਕਿਉਂਕਿ ਇਹਨਾਂ ਨਾਲ ਆਪਣਾ 9 ਮਾਸ ਦਾ ਰਿਸ਼ਤਾ ਹੈ, ਕਿਸੇ ਵੀ ਆਪਣੇ ਦੁੱਖ ਦੀ ਘੜੀ ਵਿੱਚ ਆਪਣੇ ਨਾਲ ਖੜ੍ਹਦੇ ਆ। ਅਤੇ ਜੋ ਰਿਲਾਇੰਸ ਵਾਲਿਆਂ ਦੇ ਪੈਟਰੋਲ ਪੰਪ ਆ ਉੱਥੋਂ ਅੱਜ ਅਸੀਂ ਰੋਸ ਪ੍ਰਦਰਸ਼ਨ ਕਰਕੇ ਸ਼ੁਰੂਆਤ ਕੀਤੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹ ਰਿਲਾਇੰਸ ਵਾਲਿਆਂ ਦਾ ਕੋਈ ਵੀ ਉਦਯੋਗ ਹੋਵੇ, ਕਾਰਖਾਨਾ, ਪੈਟਰੋਲ ਪੰਪ ਹੋਵੇ, ਪੱਕੇ ਤੌਰ 'ਤੇ ਧਰਨੇ ਲਗਾ ਕੇ ਇਹਨਾਂ ਨੂੰ ਬੰਦ ਕਰਨ। ਪਰ ਸਾਡੀ ਜਿਹੜੀ ਕਿਸਾਨ ਜਥੇਬੰਦੀਆਂ ਜਾਂ ਸਾਡੇ ਕਿਸਾਨ ਨੇ ਘਰਾਂ 'ਚ ਬੈਠੀ ਆਵਾਮ ਜਨਤਾ ਜਿਹੜੀ ਉਹ ਨਹੀਂ ਮੰਨਦੀ ਵੀ ਇਹ ਕਾਨੂੰਨ ਹੈ। ਅਸੀਂ ਕਹਿੰਦੇ ਹਾਂ ਵੀ ਅਸੀਂ ਮੰਨਦੇ ਹੀ ਨਹੀਂ ਕਾਨੂੰਨ ਨੂੰ, ਇਸ ਨੂੰ ਅਸੀਂ ਉਸੇ ਕਾਨੂੰਨ ਨੂੰ ਮੰਨਦੇ ਹਾਂ ਜਿਵੇਂ ਪਹਿਲਾਂ ਚੱਲਦਾ ਸੀ, ਨਾ MSP ਬੰਦ ਕੀਤੀ ਜਾਏ, ਕੰਟੈਕਟ ਫਾਰਮਿੰਗ ਬੰਦ ਕੀਤੀ ਜਾਏ। ਜਿਹੜੀ ਇਹਨਾਂ ਨੇ ਬਿਜਲੀ ਸੋਧ ਬਿੱਲ 2020 ਲਿਆਂਦਾ ਉਹ ਵੀ ਇੱਕ ਬਹੁਤ ਮਾਰੂ ਬਿੱਲ ਹੈ, ਉਹਨੂੰ ਵਾਪਸ ਕੀਤਾ ਜਾਵੇ। ਜਿੰਨੀਆਂ ਵੀ ਇਹ ਸਿਆਸੀ ਪਾਰਟੀਆਂ ਵਾ, ਭਾਵੇਂ ਕਾਂਗਰਸ ਆ, ਭਾਵੇਂ ਅਕਾਲੀ ਆ, ਭਾਵੇਂ ਆਮ ਪਾਰਟੀ ਆ, ਭਾਵੇਂ BJP ਆ, BJP ਇਹਨਾਂ ਨੇ ਸਾਨੂੰ ਠੋਕਿਆ ਪੂਰਾ ਚੰਗੀ ਤਰ੍ਹਾਂ, ਇਸ ਕਰਕੇ ਸਾਡਾ ਸਾਥ ਨਹੀਂ ਕਿਸੇ ਨੂੰ ਦਿੱਤਾ। ਇਹ ਆਪਣੀਆਂ ਰੋਟੀਆਂ ਸੇਕਣ ਡਏ ਆ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿਸਾਨ ਸਾਰੇ ਇਕੱਠੇ ਹੋ ਗਏ ਆ, ਪੰਜਾਬ ਦੇ ਸਾਰੇ ਇੰਡੀਆ ਦੇ ਕਿਸਾਨ ਇਕੱਠੇ ਹੋ ਗਏ ਆ, ਸਾਨੂੰ ਕਿਸੇ ਨੇ ਪਿੰਡ 'ਚ ਨਹੀਂ ਵੜਨ ਦੇਣਾ, ਇਸ ਕਰਕੇ ਹੁਣ ਆਪੋ ਆਪਣੀ ਡੁਗਰੀ ਵਜਾਉਣ ਡਏ ਆ। ਗੱਲ ਕੋਈ ਨਹੀਂ, ਅੱਜ ਬਣਦਾ ਸੀ ਜੇ ਇਹਨਾਂ ਨੇ ਕੋਈ ਕੰਮ ਕਰਨਾ ਸੀ ਤਾਂ ਆਪਣੇ ਝੰਡੇ ਡਾਊਨ ਕਰਕੇ ਅਤੇ ਸਾਡੀ ਕਿਸਾਨ ਜਥੇਬੰਦੀਆਂ ਦੇ ਨਾਲ ਤੁਰਦੇ, ਜਿੱਦਣ ਵੋਟਾਂ ਆਉਂਦੀਆਂ ਉਦਣ ਫਿਰ ਵੋਟਾਂ ਲੈ ਲੈਂਦੇ, ਪਰ ਇਹ ਆਪਣੀ ਡੁਗਰੀ ਵਜਾਉਣ ਡਏ, ਇਹਨਾਂ ਕੋਈ ਫਾਇਦਾ ਨਹੀਂ। ਗ੍ਰੰਥੀ ਸਭਾ ਬਾਬਾ ਦੀਪ ਸਿੰਘ ਪੰਜਾਬ ਹਰਿਆਣਾ ਵੱਲੋਂ ਭਰਪੂਰ ਜਿਹੜਾ ਸਮਰਥਨ ਕਰਦੇ ਆ, ਇਹ ਉਹ ਕੌਮ ਹੈ ਜਿਹੜੀ ਕਿ ਔਰੰਗਜ਼ੇਬ ਦਾ ਵੀ ਮੂੰਹ ਮੋੜਨ ਵਾਲੀ ਹੈ। ਮੋਦੀ ਨੇ ਮੈਂ ਕਹਿੰਦਾ ਗਲਤ ਪੰਗਾ ਲੈ ਲਿਆ। ਜਦੋਂ ਵੀ ਕੋਈ ਦਿੱਲੀ ਦੇ ਵਿੱਚ ਸਰਕਾਰ ਬੈਠੀ ਹੈ, ਪੰਜਵੇਂ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ, 10ਵੇਂ ਪਾਤਸ਼ਾਹ ਤੱਕ ਇਹਨਾਂ ਸਰਕਾਰਾਂ ਨੇ ਹਮੇਸ਼ਾ ਸਿੱਖਾਂ ਨਾਲ ਤੇ ਪੰਜਾਬ ਦੇ ਨਾਲ ਧੱਕਾ ਕੀਤਾ ਗਾ। ਮੈਂ ਸਮਝਦਾ ਕਿ ਸਾਨੂੰ ਅੱਜ ਮਜ਼ਦੂਰਾਂ ਨੂੰ, ਵਪਾਰੀ ਵਰਗ ਨੂੰ, ਸਾਰਿਆਂ ਨੂੰ ਇਕੱਠੇ ਹੋਣ ਤੇ ਡਟ ਕੇ ਲੜਨ ਦੀ, ਖੜਨ ਦੀ ਲੋੜ ਹੈ। ਜਿੰਦਾਬਾਦ।
किसान जथेबंदियों वालों अज सांझे तौर पर सद्दा दिता गया रेल रोको प्रोग्राम का उहदे नाल ही कारपेट घरानियां नूं निशाना बनाउण खातर ते मोदी हुकूमत नूं निशाना बनाउण खातर ये तो बिना जिथे रेलवे लैणा ते धरने चल रहे आ उत्थे मौला अगे जां पंपां जिहड़े तेल पंप आ उहनां अगे आ टोल प्लाजियां ते आ इह साडे धरने इस तरह चले हुए आ जो अपना बठिंडे जिले दे विच दो टोल प्लाजे पैंदे आ जिदे विच जीदे वाला टोल प्लाजा इधर भुचो मंडी वाला बेगे नेड़े टोल प्लाजा ये तो साडे धरने चल रहे आ इस तरह जिहड़ा हैगा रिलायंस के पंपां की गल है रिलायंस का पंप इत्थे भी है भुचो मंडी के नेड़े इत्थों गांह रामपुरा टप के रिलायंस पंप आ उहदे ते भी साडे धरने चली जांदे आ इस तरह पथराला पिंड आ जिहड़ा डब वाली रोड ते पैंदा उत्थे पेट्रोल पंप है उत्थे भी साडे धरने चली जांदे आ ए जानी साढ़े थां थां ते कारपोरेट घराणियां दे जिन्हां दे वड्डे मॉल बने आ जिवें इत्थे आपां खड़े आ बेस्ट प्राइज है वड्डा मॉल आ जिहड़ी कंपनी ने मालवाट कंपनी आ वड्डी वालमार्ट जिन्हें परचून खेत्र नूं पिछले दिनों दे विच बहुत रगड़ा लाया परचून खेत्र दे विच प्रवेश करके उन्होंने परचून खेत्र नूं मांझिया इहदे मॉल दे अगे भी साडा वड्डा धरना इस तरह चल रहा किसान यूनियन इकत्ती किसान यूनियन वालों जो के किसान विरोधी ऑर्डिनेंस के खिलाफ जो देश आए आ कि सेंटर सरकार ने जो किसानों के मजदूरों के खिलाफ बिल लेके आंदा वा 2020 रोस प्रगट कर ली अज पंजाब भर के जिथे रेलां रोकिया जा रही ने उत्थे ये कारपोरेट घराणियां दे जो रिलायंस के तुसीं पिछे देख सकते हो तुसीं खड़े हो रैकोट तो लुधियाणा रोड के उपर खड़े हो पिंड नूरपुरा के नेड़े जो रिलायंस पंप आ उहनूं प्रोपर तौर तौर पर बंद किया साडे नाल किसान यूनियन अगराहां ते साडे नाल किरती किसान यूनियन के नुमाइंदे उन्होंने सारे ने एक सार हो के जिथे इन्होंने किसानों के मजदूरों के ढिड ते लत मारन की कारपोरेट घराणे ने जो ये कर रहे हैं असी भी इन्हों के कारोबार प्रोपर तरीके जिन्हें पंजाब दे विच आ सारे बंद कर देंगे तो जो सानू किसान कत्ती जथेबंदियां जिदा इस तरह हुण उन्होंने सानू संदेश दिता कि अणमिथे समय लिए असी ये बंद रखांगे जिन्ना टाइम किसानों दियां ते मजदूरों दियां एक किसान विरोधी केंद्र की सरकार मोदी बिल वापस नहीं लैंदी उन्ने तौर पर असी इन्हां पक्का इन्हां दा असी बाईकाट करांगे बहुत सारिया चीज़ा जो प्रोडक्ट पैदा करके बेच रहे हैं उन्होंने वाईकाट कराने उन्होंने खिलाफ एक मुहिम बनाने लिए ये गल कर रहे हैं कि आने वाले समय के जे खेती सैक्टर से एक कारपोरेटर का कब्जा होना जिमें डगरू के बरनाले वे सैलो प्लांट खोल के उन्होंने जिन्होंने बहुत सारी समर्था ये सारा मंडीकरण का ढांचा तहस नहस कर जा रहे हैं बिजली एक्ट 2020 के तहत ये जो पेट्रोल से डीजल कीमत लगातार वधिया चाहिदा यह सी कि कीमत जद्दिया होनिया चाहीदिया क्योंकि इंटरनेशनल मंडी के जो डीजल से पेट्रोल ये पानी ना भी सस्ता पर इतों की मनमोहन सिंह सरकार ने जो फैसला किया कि जो सस्ता हो उदो सस्ता करांगे अज इहनूं मोदी आ जिहड़ा उह धक्के दे नाल आर्डीनेंसां दे नाल ही पेट्रोल ते डीजल ते गल नहीं सुनिया 3 महीने हो गए कहिंदा घाटा पूरा होए नूं पर अजे ताईं 7,500 रुपये वधा के 2,500 रुपये पेट्रोल डीजल सस्ता किया। ब्यूरो रिपोर्ट द खालस टीवी।